ਗਵਾਲੀਅਰ ਤੋਂ ਅੱਗੇ ਆਖੇ ਮੇਰੀ ਟ੍ਰੇਨਿੰਗ ਆ ਗਈ ਹੈ ਤੇ ਮੈਂ BSF ਦੇ ਵਿੱਚ ਮੈਂ ਬੜਾ ਰੋਈ ਪਿੱਟੀ ਮੈਂ ਕਿਹਾ ਕਾਕਾ ਤੂੰ ਕਿੱਧਰਲਾ ਪਾਸੇ ਨੂੰ ਤੁਰ ਪਿਆ ਮੇਰੇ ਕਿਹੜੇ 5-7 ਹੈਗੇ ਕਹਿੰਦੇ ਮੰਮੀ ਲੈ ਮੈਨੂੰ ਜੱਫੀ ਪਾ ਕੇ ਕਹਿੰਦਾ ਮੰਮੀ ਲੈ ਇਹ ਕੋਈ ਗੱਲ ਹੈਗੀ ਹੈ ਆਖੇ ਜੇ ਮਾਵਾਂ ਇੱਦਾਂ ਕਰ ਗਿਆ ਤਾਂ ਦੇਸ਼ ਦੀ ਰਾਖੀ ਕੀ ਕਰੂੰਗਾ ਟ੍ਰੇਨਿੰਗ ਤੋਂ ਬਾਅਦ ਆਪਣੇ ਡਿਪਟੀ ਕਮਾਂਡਰ ਬਣਿਆ ਫਿਰ ਜਦੋਂ ਸਟਾਰਸ ਵਗੈਰਾ ਲੱਗਦੇ ਬੱਚਿਆਂ ਦੇ ਉਦੋਂ ਫਿਰ ਸਾਨੂੰ ਬੁਲਾਇਆ ਸੀਗਾ ਅਸੀਂ ਦੋਨੇ ਗਏ ਸੀ ਮੈਂ ਤਾਂ ਬਹੁਤ ਪਾਰਟੀ ਸੀ ਬਹੁਤ ਵਧੀਆ ਉਹਨਾਂ ਨੇ ਕੀਤੀ ਅਤੇ ਉੱਥੇ ਅਸੀਂ ਗਏ ਸੀ ਸਟਾਰ ਸਾਡੇ ਹੱਥ ਲਵਾਏ ਉਹਨਾਂ ਨੇ ਦੇਖੋ ਮੈਂ ਇਹ ਨਹੀਂ ਕਹਿੰਦੀ ਚਲੋ ਠੀਕ ਹੈ ਦੇਖੋ ਕਈ ਬੱਚੇ ਐਕਸੀਡੈਂਟਾਂ ਨਾਲ ਇੱਦਾਂ ਕੀ ਕੁਛ ਹੁੰਦਾ ਹੈਗਾ ਮੈਨੂੰ ਇਸ ਗੱਲ ਦਾ ਆਪਣੇ ਬੱਚੇ 'ਤੇ ਗਰਵ ਹੈਗਾ ਕਿ ਮੇਰਾ ਬੇਟਾ ਦੇਸ਼ 'ਤੇ ਕੰਮ ਆਇਆ ਪਰ ਇੱਕ ਗੱਲ ਦਾ ਦੁੱਖ ਆਉਂਦਾ ਵੀ ਬਹੁਤ ਛੱਡ ਗਈ ਉੱਥਾਂ ਛੱਡ ਗਿਆ ਇਕੱਲੇ ਹੋ ਗਈ ਮੈਂ ਇੱਕ ਸਮਾਂ ਸੀ ਜਦੋਂ ਕਪੂਰਥਲਾ ਦੇ ਪ੍ਰਕਾਸ਼ ਐਵੀਨਿਊ ਵਿੱਚ ਰਹਿਣ ਵਾਲੇ ਮੋਹਨ ਲਾਲ ਦੇ ਪਰਿਵਾਰ ਦਾ ਪੁੱਤਰ ਮਹਿੰਦਰ ਰਾਜ ਜੋ ਕਿ ਇੱਕ ਕਾਲਜ ਦੇ ਵਿੱਚ ਪ੍ਰੋਫੈਸਰ MA MPhil ਗੋਲਡ ਮੈਡਲਿਸਟ ਹੋਣ ਦੇ ਬਾਵਜੂਦ ਦੇਸ਼ ਭਗਤੀ ਦੇ ਜਜ਼ਬੇ ਕਾਰਨ 1993 ਦੇ ਵਿੱਚ ਪ੍ਰੋਫੈਸਰ ਦੀ ਨੌਕਰੀ ਛੱਡ ਕੇ BSF ਦੇ ਵਿੱਚ ਭਰਤੀ ਹੋ ਗਿਆ ਸੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੋਣ ਦੇ ਕਾਰਨ ਮਾਂ ਨਹੀਂ ਸੀ ਚਾਹੁੰਦੀ ਕਿ ਉਸਦਾ ਪੁੱਤਰ BSF ਦੇ ਵਿੱਚ ਭਰਤੀ ਹੋਵੇ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਸਦਾ ਪੁੱਤਰ ਹਮੇਸ਼ਾ ਉਸਦੀਆਂ ਅੱਖਾਂ ਸਾਹਮਣੇ ਰਹੇ ਪਰ ਭਰਤੀ ਹੋਣ ਤੋਂ ਕੁਝ ਸਮੇਂ ਬਾਅਦ ਹੀ ਮਹਿੰਦਰ ਰਾਜ ਨੂੰ 1996 ਵਿੱਚ BSF ਦੇ ਵਿੱਚ ਇੱਕ ਸਹਾਇਕ ਕਮਾਂਡੈਂਟ ਦੇ ਵਜੋਂ ਤਰੱਕੀ ਦੇ ਦਿੱਤੀ ਗਈ ਅਤੇ ਕਾਰਗਿਲ ਜੰਗ ਦੇ ਦੌਰਾਨ ਮਹਿੰਦਰ ਰਾਜ ਵੀ ਇਸ ਜੰਗ ਦਾ ਹਿੱਸਾ ਬਣਿਆ ਪਰ ਕਾਰਗਿਲ ਜੰਗ ਦੇ ਦੌਰਾਨ 13 ਜੁਲਾਈ 1999 ਨੂੰ ਜਦੋਂ ਉਹ ਸਿਰਫ 31 ਸਾਲ ਦੇ ਸਨ ਅਤੇ ਉਹਨਾਂ ਦੇ ਵਿਆਹ ਨੂੰ ਸਿਰਫ 7 ਮਹੀਨੇ ਹੀ ਹੋਏ ਸਨ ਤੇ ਉਹਨਾਂ ਦੀ ਪੋਸਟਿੰਗ ਬਾਜੀਪੁਰਾ ਸ੍ਰੀਨਗਰ ਦੇ ਵਿੱਚ ਸੀ ਉਦੋਂ ਅੱਤਵਾਦੀ ਹਮਲੇ ਤੋਂ ਬਾਅਦ ਪਰਿਵਾਰ ਨੂੰ ਖਬਰ ਮਿਲੀ ਕਿ ਉਹਨਾਂ ਦੇ ਪੁੱਤਰ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ ਦੱਸ ਦਈਏ ਕਿ ਇਸ ਸੰਬੰਧੀ ਸ਼ਹੀਦ ਡਿਪਟੀ ਕਮਾਂਡੈਂਟ ਮਹਿੰਦਰ ਰਾਜ ਦੀ ਮਾਂ ਦਾ ਕਹਿਣਾ ਹੈ ਕਿ ਜਿਸ ਦਿਨ ਉਸਦਾ ਪੁੱਤਰ ਸ਼ਹੀਦ ਹੋਇਆ ਉਸ ਦਿਨ ਨੂੰ ਆਪਣੇ ਮਾਤਾ ਪਿਤਾ ਦੇ ਕੋਲ ਚਲੀ ਗਈ ਅੱਜ ਡਿਪਟੀ ਕਮਾਂਡੈਂਟ ਮਹਿੰਦਰ ਰਾਜ ਦਾ ਇੱਕ ਪੁੱਤਰ ਵੀ ਹੈ ਜੋ ਕਿ ਵਿਦੇਸ਼ ਵਿੱਚ ਪੜ੍ਹਾਈ ਕਰ ਰਿਹਾ ਹੈ ਪਰ ਉਸਦੀ ਮਾਂ ਨੇ ਇੰਨੇ ਸਾਲਾਂ ਦੇ ਵਿੱਚ ਉਸਨੂੰ ਕਦੇ ਵੀ ਦਾਦੀ ਨਾਲ ਮਿਲਣ ਨਹੀਂ ਦਿੱਤਾ ਹਾਲਾਤ ਇਹ ਬਣ ਗਏ ਨੇ ਕਿ ਸਰਕਾਰ ਨੇ ਸ਼ਹੀਦ ਦੀ ਪਤਨੀ ਨੂੰ ਉੱਚ ਅਹੁਦੇ ਉੱਤੇ ਸਰਕਾਰੀ ਨੌਕਰੀ ਦੇ ਦਿੱਤੀ ਤੇ ਸ਼ਹੀਦ ਦੀ ਪੂਰੀ ਪੈਨਸ਼ਨ ਵੀ ਉਸਨੂੰ ਦੇ ਦਿੱਤੀ ਇਸ ਦੌਰਾਨ ਸ਼ਹੀਦ ਦੇ ਪਿਤਾ ਤੇ ਮਾਤਾ ਕੋਮਲ ਘਰ ਦੇ ਵਿੱਚ ਇਕੱਲੇ ਰਹਿ ਗਏ ਸ਼ਹੀਦ ਦੀ ਮਾਤਾ ਦਾ ਕਹਿਣਾ ਹੈ ਕਿ ਅੱਜ ਘਰ ਦੇ ਹਾਲਾਤ ਇਹ ਨੇ ਕਿ ਪਹਿਲਾਂ ਬੇਟਾ ਸ਼ਹੀਦ ਹੋ ਗਿਆ ਤੇ ਫਿਰ ਉਸਦੀ ਨੂੰਹ ਛੱਡ ਗਈ ਪਤੀ ਵੀ ਬੁਢਾਪਾ ਪੈਨਸ਼ਨ ਛੱਡ ਕੇ ਅਕਾਲ ਚਲਾਣਾ ਕਰ ਗਏ ਅੱਜ ਨਾ ਤਾਂ ਉਸਨੂੰ ਸਰਕਾਰ ਦੇ ਵੱਲੋਂ ਪੁੱਤਰ ਦੀ ਪੈਨਸ਼ਨ 'ਚੋਂ ਕੋਈ ਹਿੱਸਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਸਦੇ ਕੋਲ ਘਰ ਚਲਾਉਣ ਦੇ ਲਈ ਕੋਈ ਹੋਰ ਸਾਧਨ ਹੈ ਠੀਕ ਹੈ ਤੇ ਬੇਟੇ ਦਾ ਕੀ ਨਾਮ ਹੈ ਮਹਿੰਦਰ ਰਾਜ ਠੀਕ ਹੈ ਅਤੇ ਇਹ ਬੇਟਾ ਤਾਂ ਕਦੋਂ BSF ਦੇ ਵਿੱਚ ਭਰਤੀ ਹੋਇਆ 1993 'ਚ ਹੋਇਆ ਸੀ ਸ਼ਾਇਦ 1993 ਠੀਕ ਹੈ ਅਤੇ ਜਦੋਂ ਕਾਰਗਿਲ ਦੇ ਵਿੱਚ ਕਾਰਗਿਲ 'ਚ ਸ਼ਹੀਦ ਹੋਏ ਸੀ ਹਾਂਜੀ ਕਾਰਗਿਲ 'ਚ ਠੀਕ ਹੈ ਅਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਬੇਟਾ ਸਵੇਰੇ 6 ਵਜੇ ਫੋਨ ਆਇਆ ਸੀਗਾ ਤੜਕੇ 13 ਤਰੀਕ ਨੂੰ ਕਿ ਬਈ ਮਹਿੰਦਰ ਰਾਜ ਦੇ ਨਾ ਪੈਰ ਦੇ ਵਿੱਚ ਗੋਲੀ ਲੱਗ ਗਈ ਹੈ ਅਤੇ ਉਹਨੂੰ ਲੈ ਕੇ ਆਉਂਦੇ ਪਏ ਹਾਂ ਅਤੇ ਮੈਨੂੰ ਵਿਸ਼ਵਾਸ ਨਹੀਂ ਹੋਇਆ ਫਿਰ ਮੈਂ PCO 'ਤੇ ਜਾ ਕੇ ਫੋਨ ਕੀਤਾ ਅਤੇ ਉਹ ਵੀ ਇਹੀ ਮੈਨੂੰ ਕਹਿਣ ਵੀ ਗੋਲੀ ਲੱਗ ਗਈ ਹੈ ਮੈਂ ਆਪਣੀ ਬੇਟੀ ਨੇ ਮੇਰੀ ਬੇਟੀ ਇੱਕ ਉੱਥੇ ਸੀ ਉੱਥੇ ਆਪਣੇ ਸਕੂਲ ਦੇ ਵਿੱਚ ਟੀਚਰ ਲੱਗੀ ਹੋਈ ਸੀਗੀ ਅਤੇ ਉਹਦੇ ਨਾਲ ਗੱਲ ਹੋਈ ਕਹਿੰਦੇ ਮੰਮੀ ਨਹੀਂ ਭਈਆ ਦੇ ਨਾ ਗੋਲੀ ਪੈਰ 'ਚ ਲੱਗੀ ਅਸੀਂ ਲੈ ਕੇ ਆਉਂਦੇ ਪਏ ਹਾਂ ਮੈਨੂੰ ਵਿਸ਼ਵਾਸ ਉਦੋਂ ਹੋਇਆ ਕਿ ਜਦੋਂ BSF ਦੇ ਜਲੰਧਰੋਂ ਵੱਡੇ ਵੱਡੇ ਆਫਿਸਰਸ ਆਏ ਘਰ ਅਤੇ ਦੁਨੀਆ ਬਹੁਤ ਸੀਗੀ ਬਾਹਰ ਅਤੇ ਉਦੋਂ ਫਿਰ ਮੈਂ ਜਦੋਂ ਉਹਨਾਂ ਨੂੰ ਉਹ ਆਏ ਤਾਂ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਮੈਂ ਕਿਹਾ ਮੈਂ ਮਦਰ ਫਿਰ ਇੱਕ ਆਫਿਸਰ ਸੀਗੇ ਫਿਰ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕੀ ਗੱਲ ਹੈ ਤੁਸੀਂ ਇੰਨਾ ਸਾਰੇ ਆਏ ਹੋ ਘਰ ਕੀ ਗੱਲ ਮੈਨੂੰ ਦੱਸੋ ਤੁਸੀਂ ਸਾਰੀ ਗੱਲ ਕੀ ਹੈ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮਹਿੰਦਰ ਰਾਜ ਸ਼ਹਾਦਤ ਪਾ ਗਏ ਆ ਅਤੇ ਉਹਨੂੰ ਲੈ ਕੇ ਆ ਰਹੇ ਫਿਰ 14 ਤਰੀਕ ਨੂੰ ਫਿਰ ਉੱਥੋਂ ਬਾਂਦੀਪੁਰਾ 'ਚ ਹੋਏ ਸੀਗੇ ਸ਼੍ਰੀਨਗਰ ਤੋਂ ਵੀ ਉੱਪਰ ਅਤੇ ਉਹ ਫਿਰ ਆਦਮਪੁਰ ਆਏ ਉੱਥੋਂ ਲੈ ਕੇ ਫਿਰ ਇੱਥੇ 14 ਤਰੀਕ ਨੂੰ ਇੱਥੇ ਪਹੁੰਚੇ ਸੀਗੇ ਲੈ ਕੇ ਉਦੋਂ ਪਤਾ ਲੱਗਿਆ ਸਾਨੂੰ ਕਿੰਨੇ ਸਾਲ ਜੇ ਆਪਾਂ ਹੁਣ ਤੱਕ ਦੀ ਗੱਲ ਕਰੀਏ ਕਿੰਨੇ ਸਾਲ ਹੋ ਚੁੱਕੇ ਦੇਖ ਲਓ ਤੁਸੀਂ 1999 'ਚ ਹੋਇਆ ਇਸ ਤਰ੍ਹਾਂ ਹੁਣ 23 ਚੱਲਦੇ ਕਿੰਨੇ ਸਾਲ ਬਣ ਗਏ ਦੇਖ ਲਓ 24 ਸਾਲ ਹੋ ਗਏ ਮੇਰੇ ਕਹਿ ਲੈ ਅਤੇ ਤੁਹਾਡੇ ਪਰਿਵਾਰ 'ਚੋਂ ਹੋਰ ਵੀ ਕੋਈ BSF ਦੇ ਵਿੱਚ ਸੀਗਾ
नहीं, मेरे अपने ताया जी, मेरे पेके घरों ताया जी सीगे आर्मी च, साढ़े जन्म तो पहला दी गल, होर परिवार च कोई नहीं, बस मेरा बेटा बस ये तो बस डीएवी कॉलेज प्रोफेसर लगे हुए सीए, चंगे भले उत्थे लगे से, पता नहीं किवें उन्हें पता लग्या, पढ़ लिया जा कितों आप ही फॉर्म भर के दे दिता, आप ही जदों ट्रेनिंग आ गई तो मैंने कहता कि मम्मी मैं बांदीपुर जाना है, बांदीपुर नहीं इधर टीकनपुर ग्वालियर तो अगे, आखिर मेरी ट्रेनिंग आ गई है तो मैं BSF दे विच, मैं बड़ा रोई पिटी, मैं कहा काका तू किधरले पासे नूं तुर पिया, मेरे कहे 5-7 है, कहिंदे मम्मी लै मैनूं जफ्फी पा के कहिंदा मम्मी लै ये कोई गल हैगी है, आखे जे मावां इदा करनगियां तां देश दी राखी कौन करूगा, मैनूं बहुत हौसला दित्ता, फिर ट्रेनिंग ते चला गया सी, जदों फिर उह ट्रेनिंग तों बाद अपने डिप्टी कमांडर बनिया, फिर जो स्टार्स वगैरह लगते बच्चों के उदो फिर सानू बुलाया सीगा, असीं दोनों गए सी मैं तो भाऊ जी, पार्टी से बहुत वधिया उन्होंने की, तो उत्थे असीं गए सी, स्टार साढ़े हथों लवाए उन्होंने, बहुत गर्व होया मैनू कि देखो चलो बच्चा कि राह तुरिया, चलो महाराज ने बहुत सोना, चलो बहुत गर्व होया मैं देख के, मतलब जी मैं खुशी हुई बहुत ज्यादा, देखो मैं ये नहीं कहती चलो ठीक है, देखो हम कई बच्चे एक्सीडेंटा ना इदा की कुछ होंदा है, मैं इस गल का मेरे बच्चे ते गर्व हैगा कि मेरा बेटा देश के काम आया, पर एक गल का दुख आता भी बहू छड़ गई, पोता छड़ गया, कल्ली हो गई मैं, इस गल का दिमाग चाहता कि सिर, चलो जे उन्हें नहीं सी वसना मेरे घर ना रही, आना जाना तो रख दी, कित आ जाती कित पुछ ली मम्मी की में फोन करना, इतने मैं आप ही करा तो करा चकती नहीं हैगी, मेरे मोबाइल से देखो किन्ने फोन मैं करती चकती नहीं, अपने हुशियारपुर कोठी पाई है उन्हें अपनी, तो पोस्टिंग मेरे ख्याल लुधियाने हुई है, मैं कहा मैंने पेपर पढ़ने का शौक हैगा, तो वो ना मैं देखा से ट्रांसफर अजक लुधियाने शायद हूँ तो बड़ी बन गई ऑफिसर, पहला कमिश्नर से हूँ तो उप कमिश्नर बढ़ गई है, प्रमोशन भी हो गई, चलो असं फिर कहने देखो मैं इस गल कहनी चलो जिथे बैठी है राजी रहे बच्चे पाले वो वर्गा बनावे, पर यह तो बंदा मिलन जुलन तो रखे ना, आना जाना रखे ना, हूँ देखो हम मेरे बच्चे आए है कि कुड़ी आई है, शनिवार एतवार छुट्टी होंगी है, बैंक च लगे हुए दोनों जने तो आ जाते मेरे को, हम कल जाएंगे मेरे को, उन्होंने फिक्र है ना भी मम्मी को जाना, उन्होंने नहीं है उस कुड़ी नहीं है, कले रहने अज तक किसी सरकार ने तुम पूछा होगा या कोई पेंशन वगैरह ना जो कुछ नहीं, थोड़े जे पैसे दिते सी BSF वालों ने, काफ़ी देर हो गई है, ओह बाऊ जी की बीमार, बाऊ जी दो बार बीमार हो गए, पहला उन्होंने ब्रेन हैमरेज हो गया से, उदो दाखिल रहे अस्पताल, तुम्हें पता प्राइवेट हॉस्पिटल से कितना खर्चा होंगे, उस तो बाद ठीक हो गए 2 साल, उस तो बाद फिर हो गए, आ हूँ होए जो तो दोबारा अपने जलंधर दाखिल से मैटर हॉस्पिटल के, तुम्हें पता जो फिर इन्होंने हॉस्पिटल के खर्चे किन्ने होंगे है, बस लग लुग गए जो थोड़े बहुते पैसे मिले से, बाकी वो बच्चे देखते दे, कुड़ियाँ देखते दे, मेरी बेटी हैगी यही देखती मैंने, क्योंकि इन्ने साल हो गए पिछली सरकार भी रही हैं, हूँ भगवंत मान की सरकार आम आदमी पार्टी की, तो हूँ भी कोई तेरे को कभी पहुँचा नहीं जी, मेरे को यही आए हैगी है, इन्होंने बेचारे ने मेरी हूँ आए से मेरी मदद करते पे है, केंद्र भी आंट जी थोड़े मतलब पेनशन का असं करते पे कुछ ना कुछ करा, कले रहने घर, हाँ मैं इतने कली रही हूँ, मैं बेटी कहती तू चलो मम्मी गुरदासपुर, पर मेरा उत्थे मन नहीं लगता, हम देखो अपने कहते जाने अपने घर के कंधा नाल भी प्यार हों, मैं नहीं जाती हैगी उ, मंग हूँ मैं देखो आखिरी पड़ाव जिंदगी का रह गया है, इन्ने साल लंघ गए, जो हूँ
सरकार की मर्जी हैगी है, कर सकते जो भी मदद कर सकते हो। चलो चार दिन चंगे लग जाएंगे जिंदगी दे, और की है। पेंशन को पेंशन वही बस बुढ़ापा पेंशन मिलती है 1500 रुपये बस, उस तो अलावा कुछ नहीं। गुजारा तो तुम पता डॉक्टर दवाइया इन महंगी हूँ, उधर 7-8 हज़ार रुपया लाया मिनटा च अगुडी मेरी आए हुए से लै गए से हॉस्पिटल, बाकी खर्चा पानी सारे कर दे, घर की देख रेख जो कुछ भी करना ये आप बच्चे करते हैं दोनों। देखो पहली तो गल कि असी जो मर्जी कह लिए जेडे समाज के जी जो आजादी का निग ਨਿੰਦਰਪਾਲ ਜੀ ਵਰਗੇ ਲੋਕਾਂ ਕਰਕੇ ਮਾਣ ਰਹੇ ਹਾਂ, ਕਿਉਂਕਿ ਸਾਡਾ ਜਿਹੜਾ ਗੁਆਂਢ ਦੇਸ਼ ਹੈ ਉਹ ਇਹੋ ਜਿਹੇ ਲੋਕਾਂ ਦਾ ਹੈ ਜਿੱਥੇ ਹਰ ਚੜ੍ਹਦੇ ਦਿਨ ਕੋਈ ਨਾ ਕੋਈ ਨਵੀਂ ਉਹ ਸਾਜ਼ਿਸ਼ ਕਰਦੇ ਸਾਡੇ ਦੇਸ਼ ਦੀ ਅਮਨ ਸ਼ਾਂਤੀ ਭੰਗ ਕਰਨ ਲਈ, ਪਰ ਉੱਥੇ ਇੱਕ ਜਿਹੜੀ ਡਾਹ ਕੇ ਖੜ੍ਹਨ ਵਾਲੇ ਲੋਕ ਨਿੰਦਰ ਰਾਜ ਵਰਗੇ ਨੇ ਜਿਨ੍ਹਾਂ ਕਰਕੇ ਅਸੀਂ ਸਾਰਾ ਕੁਛ ਮਾਣ ਰਹੇ ਹਾਂ। ਉਹਨਾਂ ਦੀਆਂ ਸਾਜ਼ਿਸ਼ਾਂ ਬੇਨਕਾਬ ਹੋਈਆਂ ਨੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਸਿਰਫ ਇਹ ਬਲਦੇਵ ਰਾਜ ਮਹਿੰਦਰ ਰਾਜ ਜੀ ਵਰਗੇ ਆ ਜਿਹੜੇ ਯੋਧਿਆਂ ਕਰਕੇ ਜੀ। ਤੁਸੀਂ ਅੱਜ ਪਹੁੰਚੇ ਹੋ, ਤੁਸੀਂ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਜੀ, ਅਤੇ ਕੋਈ ਮਦਦ ਵਗੈਰਾ ਸਰਕਾਰ ਵੱਲੋਂ? ਅਸੀਂ ਦੇਖੋ ਆਪਣੇ ਲੈਵਲ 'ਤੇ ਜੋ ਜਿੰਨੇ ਕੁ ਇੱਕ ਦੋ ਵਾਰੀ ਮਾਤਾ ਜੀ ਨੂੰ ਮਿਲੇ ਹਾਂ, ਗੱਲ ਕੀਤੀ ਹੈ, ਸਾਰਿਆਂ ਨੂੰ ਵੱਡੀ ਤਰਾਸਦੀ ਇਹ ਹੈ ਕਿ ਜਿਸ ਦਿਨ ਮਹਿੰਦਰ ਰਾਜ ਜੀ ਸ਼ਹੀਦ ਹੋਏ ਨੇ ਉਹਨਾਂ ਦੀ ਉਮਰ 31 ਸਾਲ ਸੀਗੀ, ਵਿਆਹ ਹੋਏ ਨੇ ਵੀ ਤਕਰੀਬਨ 3-4 ਸਾਲ ਵੀ ਹੋਏ ਸੀ, ਤਾਂ ਹਾਂਜੀ 7 ਮਹੀਨੇ ਹੋਏ ਸੀਗੇ, ਔਰ ਚਲੋ ਵਧੀਆ ਘਰ ਵਿਆਹ ਹੋਇਆ ਸੀ, ਪੜ੍ਹੀ ਲਿਖੀ ਉਹਨਾਂ ਦੇ ਘਰੋਂ ਸੀ। ਵਿਆਹ ਤੋਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਘਰ ਬੇਟਾ ਹੋਇਆ ਔਰ ਜਿੰਨੇ ਬੈਨੀਫਿਟ ਨੇ ਉਹਨਾਂ ਦੀ ਜਿਹੜੀ ਵਾਈਫ ਸੀ ਉਹਨੂੰ ਮਿਲੇ, ਬਾਊ ਜੀ ਮਹਿੰਦਰ ਰਾਜ ਜੀ ਦੇ ਡੈਡੀ ਜੀ ਨੌਕਰੀ ਬੇਸ਼ੱਕ ਸਰਕਾਰੀ ਕਰਦੇ ਸੀ ਪਰ ਉਹ ਉਹਨਾਂ ਦੀ ਪੈਨਸ਼ਨ ਨਹੀਂ ਸੀ। ਲੇਕਿਨ ਮੈਂ ਸਰਕਾਰ ਨੂੰ ਵੀ ਕਹੂੰਗਾ, ਅਸੀਂ ਮਾਨ ਸਾਹਿਬ ਨਾਲ ਗੱਲ ਕਰਾਂਗੇ, ਬਲਕਿ ਕਰ ਰਹੇ ਹਾਂ, ਡੀ ਸਾਹਿਬ ਨਾਲ ਸਾਰੀ ਗੱਲ ਸਾਰਾ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜਿਹੜੇ ਇਹੋ ਜਿਹੇ ਕੇਸ ਹੁੰਦੇ ਨੇ ਜਿੱਥੇ ਮਾਵਾਂ ਦੀ ਜਾਂ ਪੇਰੈਂਟਸ ਦੀ ਵੀ ਜਿਹੜੇ, ਕਿਉਂਕਿ ਇਹਨਾਂ ਦੀਆਂ ਦੋ ਬੇਟੀਆਂ ਨੇ, ਕੁਛ ਵੀ ਹੋਵੇ ਬੇਟੀਆਂ ਇਹਨਾਂ ਦਾ ਬਹੁਤ ਦੇਖ ਰੇਖ ਸਾਰੀ ਜਵਾਈ ਵਧੀਆ ਨੇ, ਪਰ ਸਾਰੀ ਜਗ੍ਹਾ ਇੱਦਾਂ ਦਾ ਨਹੀਂ ਹੁੰਦਾ ਕਿ ਜਿੱਥੇ ਜਵਾਈ ਸਾਰਾ ਕੁਛ ਕਰ, ਇੱਥੇ ਕਰ ਰਹੇ ਨੇ, ਪਰ ਫਿਰ ਵੀ ਮਾਵਾਂ ਦਾ ਇੱਕ ਸੁਪਨਾ ਹੁੰਦਾ ਕਿ ਮੈਂ ਧੀਆਂ ਅੱਗੇ ਆਪਣੇ ਜਵਾਈਆਂ ਅੱਗੇ ਹੱਥ ਨਾ ਅੱਡਾਂ, ਮੈਂ ਆਪਣੇ ਆਪ ਕਰਨ ਜੋਗੀ ਹੋਵਾਂ। ਬੱਚਾ ਸੀ, ਬੱਚਾ ਵੱਡੀ ਪੋਸਟ 'ਤੇ, ਅੱਜ ਨੂੰ ਉਹਨਾਂ ਨੇ ਡੀਜੀ ਰੈਂਕ ਤੀਕਰ ਹੋਣਾ ਸੀ, ਪਰ ਜਿੰਨੇ ਬੈਨੀਫਿਟ ਨੇ ਉਹ ਸਾਰੇ ਉਹਨਾਂ ਦੀ ਵਾਈਫ ਨੂੰ ਮਿਲੇ। ਅਸੀਂ ਜਦੋਂ ਇੰਟਰੈਕਸ਼ਨ ਕੀਤੀ ਉਹ ਤੋਂ ਪਹਿਲਾਂ ਮਾਤਾ ਜੀ ਕੋਲ ਬੈਠੇ ਨੇ, ਕੋਈ ਇਹਨਾਂ ਨਾਲ ਮਾੜਾ ਮੋਟਾ ਵੀ ਨਹੀਂ ਸੀ, ਹੁਣ ਕੁਛ ਇਹਨਾਂ ਨੂੰ 8-10 ਹਜ਼ਾਰ ਰੁਪਈਆ ਬੀਬੀ ਭੇਜਦੇ ਮਹੀਨੇ ਦੇ, 10 ਹਜ਼ਾਰ ਰੁਪਈਆ ਮਹੀਨੇ ਦੇ ਕੁਛ ਚਾਂ 2 ਸਾਲ ਤੋਂ, ਕਿਉਂਕਿ ਜਦੋਂ ਦੇ ਅਸੀਂ ਇਹਨਾਂ ਨਾਲ ਇੰਟਰੈਕਸ਼ਨ 'ਚ ਆਏ, ਕੋਈ ਗੱਲਬਾਤ ਇੱਕ ਅੱਧ ਵੀ ਹੋਈ, ਤਾਂ ਉਹਨਾਂ ਉਦੋਂ ਦਾ ਭੇਜਣਾ ਸ਼ੁਰੂ ਕੀਤਾ। ਔਰ ਇਹਨਾਂ ਦਾ ਪੋਤਾ ਜਿਹੜਾ ਕਿ ਬਾਹਰ ਵਿਦੇਸ਼ਾਂ 'ਚ ਪੜ੍ਹਾਈ ਕਰਕੇ ਵੀ ਆਇਆ, ਕੋਈ ਉਹਨਾਂ ਨਾਲ ਇੰਟਰੈਕਸ਼ਨ ਨਹੀਂ। ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਹੋਣਾ ਇਹ ਚਾਹੀਦਾ ਕਿ ਮਾਂ ਬਾਪ ਨੂੰ ਵੀ, ਜਿੱਥੇ ਬੱਚਾ ਇਕੱਲਾ ਹੋਵੇ, ਮਾਂ ਬਾਪ ਦੀ ਵੀ ਪੈਨਸ਼ਨ ਲੱਗਣੀ ਚਾਹੀਦੀ ਕਿ ਜਾਂ ਕਿ ਉਹ ਉਹਨਾਂ ਨੇ ਏਡੀ ਕੁਰਬਾਨੀ ਕੀਤੀ, ਸਾਰਾ ਕੁਛ ਕੀਤਾ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਬਾਅਦ ਦੇ ਵਿੱਚ ਇਹ ਨਾ ਹੋਵੇ ਕਿ ਕਿਸੇ ਤਰ੍ਹਾਂ ਦਾ ਡਿਪੈਂਡ ਹੋਣਾ ਪਵੇ। ਅਸੀਂ ਮਾਤਾ ਜੀ ਦੇ ਨਾਲ ਖੜ੍ਹੇ ਔਰ ਗੱਲ ਕੀਤੀ ਆ, ਗੱਲ ਬਹੁਤ ਵਧੀਆ ਤਰ੍ਹਾਂ, ਮਾਨ ਸਾਹਿਬ ਤੁਹਾਨੂੰ ਪਤਾ ਕਿ ਸ਼ਹੀਦਾਂ ਦਾ ਕਿੰਨਾ ਸਨਮਾਨ ਕਰਦੇ ਆ, ਉਹਨਾਂ ਨੇ ਜੋ ਧਿਆਨ 'ਚ ਜਦੋਂ ਗੱਲ ਉਹ ਸਾਰਾ ਕੁਛ ਇਹਨਾਂ ਦੇ, ਮੈਂ ਮਾਤਾ ਜੀ ਨੇ ਸਾਰੀਆਂ ਗੱਲਾਂ ਹੁਣ ਕੈਮਰੇ ਸਾਹਮਣੇ ਜਿੰਨਾ ਚਿਰ ਕੋਈ ਗੱਲ ਹੋ ਨਹੀਂ ਜਾਂਦੀ ਪੁਖਤਾ, ਤਾਂ ਮੈਂ ਕਰਨਾ ਮੁਨਾਸਬ ਨਹੀਂ ਸਮਝਦਾ ਕਿ ਅਸੀਂ ਜੋ ਇਹਨਾਂ ਦਾ ਮਾਣ ਸਨਮਾਨ, ਅਸੀਂ ਇਹਨਾਂ ਦਾ ਜੋ ਇਹਨਾਂ ਦਾ ਘਾਟਾ, ਉਹ ਕਿਸੇ ਵੀ ਤਰ੍ਹਾਂ ਸਾਰੀ ਦੁਨੀਆ ਦੀ ਦੌਲਤ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਇਹਨਾਂ ਨੂੰ ਆਪਣੇ ਗੁਜਰਾਨ ਲਈ ਕਿਸੇ ਤਰ੍ਹਾਂ ਕਿਸੇ ਦੇ ਮੁਹਤਾਜ ਹੋਣਾ ਪਵੇ, ਉਹ ਨਹੀਂ, ਖਾਸ ਕਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੁੰਦਿਆਂ ਇੱਦਾਂ ਹੋਣਾ ਪਵੇ, ਮੈਂ ਸਮਝਦਾ ਇੱਦਾਂ ਨਹੀਂ ਹੋਵਾਂਗੇ। ਅਸੀਂ ਬੈਠੇ ਹਾਂ ਉਹਨਾਂ 'ਤੇ ਕਰਕੇ, ਇਸ ਰੱਖਾਂ ਜਿੰਨੇ ਜੋਗੇ ਅਸੀਂ ਵੀ ਕਰਦੇ ਹਾਂ ਉਹਨਾਂ ਅੱਗੇ ਰੱਖਾਂਗੇ ਸਾਰੀ ਗੱਲਬਾਤ, ਔਰ ਇਹ ਇੱਕ ਇੱਕ ਐਗਜ਼ਾਮਪਲ ਬਣੂਗਾ, ਇੱਕ ਕਾਨੂੰਨ ਬਣੂਗਾ ਇੱਦਾਂ ਦਾ
कि जिदे विच इहो जिहे केस दे विच मां बाप नूं वी जो बनता इनसेंटिव दिता जाया करेगा जी।